ਮਨਜੀਤ ਸਿੰਘ ਬੋਪਾਰਾਏ ਦੀ ਪੁਸਤਕ ਜੋਤਿਸ਼ ਚੂਟ ਬੋਲਦਾ ਦਾ ਪਾਠ ਦੂਜਾ ਹੱਥ ਰੇਖਾ ਵਿਗਿਆਨ ਹੱਥ ਰੇਖਾ ਪੜਨਾ ਪਾਮਿਸਟਰੀ ਕਿਸਮਤ ਦੱਸਣ ਦੇ ਦੂਜੇ ਟੰਗਾ ਵਾਂਗ ਹੱਥ ਪੜਨ ਦੇ ਟੰਗ ਨੂੰ ਹੱਥ ਰੇਖਾ ਪੜਨਾ ਕਿਹਾ ਜਾਂਦਾ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜੋਤਿਸ਼ ਵਾਂਗੇ ਵੀ ਵਿਗਿਆਨਕ ਹੋਣ ਦਾ ਦਾਵਾ ਕਰਦੀ ਹੈ ਹਥੇਲੀ ਉੱਪਰ ਲੀਆਂ ਰੇਖਾਵਾਂ ਹਥੇਲੀ ਦਾ ਰੂਪ ਹੱਥ ਦੀ ਸ਼ਕਲ ਉਂਗਲੀਆਂ ਤੇ ਅੰਗੂਠੇ ਦੀ ਲੰਬਾਈ ਤੇ ਹਥੇਲੀ ਦਾ ਰੰਗ ਵਿਸ਼ਲੇਸ਼ਣ ਕਰਨ ਲਈ ਜ਼ਰੂਰੀ ਹਨ ਹੱਥ ਰੇਖਾ ਮਾਹਿਰ ਇਸਤਰੀ ਪੁਰਸ਼ ਨੌਜਵਾਨ ਤੇ ਬੁੱਢੇ ਦਾ ਭਵਿੱਖ ਵਰਤਮਾਨ ਤੇ ਭੂਤਕਾਲ ਦੱਸਣ ਦਾ ਦਾਅਵਾ ਕਰਦੇ ਹਨ ਉਹ ਦਲੀਲ ਦਿੰਦੇ ਹਨ ਕਿ ਹੱਥ ਬਿਨਾਂ ਕਿਸੇ ਉਮਰ ਦੇ ਲਿਹਾਜ਼ ਤੋਂ ਮਨੁੱਖ ਦੇ ਅੰਦਰਲੇ ਮਨ ਨੂੰ ਪ੍ਰਗਟ ਕਰਦਾ ਹੈ ਭਾਵੇਂ ਇਹਦੇ ਸ਼ੁਰੂਆਤ ਦਾ ਕੋਈ ਥੋ ਨਹੀਂ ਫਿਰ ਵੀ ਇਹਦੀਆਂ ਪਿੰਨ ਪਿੰਨ ਵਿਚਾਰਤਾ ਰਵਾਂ ਹਨ ਯੂਨਾਨੀ ਭਾਰਤੀ ਤੇ ਚਿਨੀ ਹੱਥ ਰੇਖਾ ਮਾਹਿਰਾਂ ਦੇ ਦਾਅਵੇ ਹੱਥ ਰੇਖਾ ਮਾਹਰ ਕਿਸਮਤ ਦੱਸਣ ਦੇ ਦੂਜੇ ਟੰਗਾ ਵਾਂਗ ਭਵਿੱਖ ਬਾਰੇ ਪਹਿਲਾਂ ਹੀ ਦੱਸਣ ਤੇ ਬੀਤੀਆਂ ਘਟਣਾਵਾ ਪੜਨ ਦੀ ਸ਼ਕਤੀ ਦਾ ਦਾਵਾ ਕਰਦੇ ਹਨ ਉੱਬਰਦੇ ਤੇ ਕਿੰਤੂ ਕਰਦੇ ਮੰਨ ਲਈ ਇਹਦੀ ਪੜ੍ਹਾਈ ਲਾਭਦਾਇਕ ਹੈ ਹੱਥ ਪੜਨ ਵਾਲੇ ਇਹ ਵੀ ਦਾਵਾ ਕਰਦੇ ਆ ਕਿਉਂਕਿ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਤੇ ਵਿਅਕਤੀਗਤ ਚਾਲ ਚੱਲਣ ਦਾ ਬਹੁਤ ਕੁਝ ਪੜ੍ਹ ਸਕਦੇ ਆ ਉਹ ਵਿਸ਼ਵਾਸ ਕਰਦੇ ਆ ਕਿ ਝੂਲੇ ਤੋਂ ਕਬਰ ਤੱਕ ਹੱਥ ਸ਼ੀਸ਼ੇ ਵਾਂਗ ਮਨ ਨੂੰ ਦਰਸਾਉਂਦਾ ਹੈ ਵਿਅਕਤੀ ਦਾ ਹੱਥ ਉਹਦੀ ਤਸਵੀਰ ਤੋਂ ਵੀ ਵੱਧ ਹੈ ਹੱਥ ਦੀਆਂ ਲਕੀਰਾਂ ਜੋ ਕੁਝ ਵੀ ਮਨ 'ਚ ਸੋਚਿਆ ਜਾਂਦਾ ਉਹਦੀ ਛਾਇਆ ਹਨ ਹੱਥ ਰੇਖਾ ਪੜਨ ਲਈ ਖੱਬੇ ਹੱਥ ਦੀਆਂ ਰੇਖਾਵਾਂ ਸੱਭਿਆਚਾਰਕ ਤੇ ਮਾਨਸਿਕ ਵਿਰਸੇ ਨੂੰ ਪ੍ਰਗਟ ਕਰਦੀਆਂ ਹਨ ਜਦਕਿ ਸੱਜਾ ਹੱਥ ਤਬਦੀਲੀ ਤੇ ਮਾਨਸਿਕ ਵਿਕਾਸ ਦਾ ਪ੍ਰਦਰਸ਼ਨ ਕਰਦਾ ਹੈ ਇਹਨੂੰ ਆਪ ਬਣਾਇਆ ਹੱਥ ਵੀ ਕਿਹਾ ਜਾਂਦਾ ਹੈ ਉਂਗਲਾਂ ਤੇ ਹਥੇਲੀਆਂ ਉਤਲੀਆਂ ਧਾਰੀਆਂ ਕਦੇ ਨਹੀਂ ਬਦਲਦੀਆਂ ਪਰ ਰੇਖਾਵਾਂ ਬਦਲਦੀਆਂ ਹਨ ਇਸੇ ਲਈ ਜੁਰਮ ਲੱਭਣ ਵਿੱਚ ਉਂਗਲਾਂ ਦਾ ਛਾਪਾ ਵਿਅਕਤੀਗਤ ਪਛਾਣ ਲਈ ਸਾਰੀ ਦੁਨੀਆ ਤੇ ਵਰਤਿਆ ਜਾਂਦਾ ਹੈ ਜੇਕਰ ਇੱਕ ਵਿਅਕਤੀ ਮਾਨਸਿਕਤਾ ਤੇ ਸੁਭਾ ਸੱਚੀ ਬਦਲ ਲੰਦਾ ਹੈ ਉਹਦੀਆਂ ਰੇਖਾਵਾਂ ਪੂਰੀ ਤਰ੍ਹਾਂ ਬਦਲ ਜਾਣਗੀਆਂ ਹੱਥ ਰੇਖਾ ਮਾਹਿਰ ਸਾਡੇ 'ਚ ਬਹੁਤ ਹੀ ਘੱਟ ਤਬਦੀਲੀ ਆਉਣ 'ਚ ਵਿਸ਼ਵਾਸ ਕਰਦੇ ਐ ਇਹ ਛੋਟੀ ਤਬਦੀਲੀ ਰੇਖਾਵਾਂ ਦੇ ਵਾਧੇ ਦੁਆਰਾ ਨੋਟ ਕੀਤੀ ਜਾਂਦੀ ਹੈ ਰੇਖਾਵਾਂ ਸਰੀਰਕ ਕੰਮ ਦੀ ਪੈਦਾਇਸ਼ ਨਹੀਂ ਸਗੋਂ ਸਰੀਰਕ ਵਿਕਾਸ ਕਰਦੇ ਹਨ ਜਦੋਂ ਵਿਅਕਤੀ ਸੱਜਾ ਹੱਥਾ ਹੈ ਤਾਂ ਖੱਬਾ ਹੱਥ ਉਹਨਾਂ ਵਿਸ਼ੇਸ਼ਤਾ ਨੂੰ ਦੱਸਦਾ ਹੈ ਜੋ ਜਨਮ ਸਮੇਤੋਂ ਹੀ ਹਨ ਜਦ ਕਿ ਸੱਜਾ ਹੱਥ ਜੋ ਤੁਸੀਂ ਪ੍ਰਾਪਤ ਕਰ ਚੁੱਕੇ ਹੋ ਉਹਨੂੰ ਪ੍ਰਗਟਾਉਂਦਾ ਹੈ ਜਦੋਂ ਵਿਅਕਤੀ ਖੱਬਾ ਹੱਥਾ ਹੈ ਤਾਂ ਉਪਰੋਕਤ ਵਿਆਖਿਆ ਦੀ ਉਲਟ ਹੁੰਦੀ ਹੈ ਹੱਥ ਰੇਖਾ ਮਾਹਿਰ ਦਲੀਲ ਦਿੰਦੇ ਹੈ ਕਿ ਹੱਥ ਸਰੀਰਕ ਪ੍ਰਣਾਲੀ ਦੇ ਸੇਵਾਦਾਰ ਹਨ ਤੇ ਜੋ ਵੀ ਚੀਜ਼ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਉਹਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਤੋਂ ਅੱਗੇ ਉਹ ਇਹ ਵੀ ਦਾਵਾ ਕਰਦੇ ਹਨ ਕਿ ਹੱਥ ਸਰੀਰ ਦੇ ਕਿਸੇ ਹੋਰ ਅੰਗ ਤੋਂ ਜ਼ਿਆਦਾ ਦਿਮਾਗ ਨਾਲ ਸਬੰਧਤ ਹੁੰਦੇ ਹਨ ਅਜਿਆ ਤਾਂ ਵਾਪਰਦਾ ਫਰਜ਼ ਕੀਤਾ ਜਾਂਦਾ ਕਿਉਂਕਿ ਕੁਝ ਤੰਤੂ ਨਾੜੀਆਂ ਦਿਮਾਗ ਤੋਂ ਸਿੱਧਾ ਹੱਥ ਨਾਲ ਸਬੰਧਤ ਹਨ ਵਿਅਕਤੀ ਦੇ ਸਾਰੇ ਸਰੀਰ ਤੇ ਉਹਦੀ ਮਾਨਸਿਕਤਾ ਦੀ ਲਗਾਤਾਰ ਵਰਤੋਂ ਨਾਲ ਰੇਖਾਵਾਂ ਹਥੇਲੀ ਉੱਤੇ ਛੱਪ ਜਾਂਦੀਆਂ ਸੱਟੇ ਵਜੋਂ ਹੱਥ ਰੇਖਾ ਮਾਹਿਰ ਆਪਣੇ ਆਪ ਨੂੰ ਹੱਥ ਦਾ ਭਾਵਰਤ ਤੇ ਸੁਨੇਹਾ ਵਰਨਨ ਕਰਨਯੋ ਕਹਿੰਦੇ ਹਨ ਜੇ ਕੋਈ ਵਿਅਕਤੀ ਹੱਥ ਰੇਖਾ ਮਾਂ ਚ ਵਿਸ਼ਵਾਸ ਕਰਦਾ ਹੈ ਆਪਣੀ ਅਸਲੀ ਸ਼ਖਸੀਅਤ ਗੁਣ ਔਗਣ ਸਮਰੱਥਾ ਤੇ ਹੋਰ ਗੱਲਾਂ ਦਾ ਨਿਚੋੜ ਜਾਣਨਾ ਚਾਹੁੰਦਾ ਹੈ ਤਾਂ ਆਪਣਾ ਹੱਥ ਪੜ ਸਕਦਾ ਹੈ ਹੱਥ ਰੇਖਾ ਮਾਹਿਰ ਹੱਥਾਂ ਨੂੰ ਇੱਕ ਵਿਅਕਤੀ ਦੇ ਆਪੇ ਤੇ ਸ਼ਖਸੀਅਤ ਦਾ ਸੱਚਾ ਸੂਚਕ ਵਿਸ਼ਵਾਸ ਕਰਦੇ ਹਨ ਉਹ ਵੀ ਦਲੀਲ ਦਿੰਦੇ ਆ ਕਿ ਹੱਥ ਵਿਅਕਤੀ ਦੀ ਬਣਤਰ ਡੀਲ ਟ੍ਰੋਲ ਰੂਪ ਦਾ ਬਰੀਕੀ ਨਾਲ ਵਰਣਨ ਕਰਦੇ ਹਨ ਜੇ dono ਹੱਥ ਕਿਸੇ ਹੱਥ ਰੇਖਾ ਮਾਹਿਰ ਦੁਆਰਾ ਪੂਰੇ ਧਿਆਨ ਨਾਲ ਪੜੇ ਜਾਂ ਤਾਂ ਕਿਸਮਤ ਦਾ ਨਕਸ਼ਾ ਵਿਅਕਤੀ ਸਾਹਮਣੇ ਖੁੱਲ ਜਾਂਦਾ ਹੈ ਹੱਥ ਰੇਖਾ ਦੀ ਪੜਾਈ ਜ਼ਿੰਦਗੀ ਦੇ ਭੇਦ ਲੱਭਦੀ ਹੈ ਤੇ ਹੱਥ ਰੇਖਾ ਮਾਹਿਰ ਬੜੇ ਮਾਣ ਦਾ ਦਾਵਾ ਕਰਦੇ ਹੈ ਕਿ ਮਸ਼ਹੂਰ ਕਵੀਆਂ ਤੇ ਫਿਲਾਸਫਰਾਂ ਨੇ ਹੱਥ ਰੇਖਾ ਪੜਨ ਦੀ ਮਹੱਤਤਾ ਨੂੰ ਪਰਮਾਨਿਤ ਕੀਤਾ ਹੈ ਹੱਥ ਰੇਖਾ ਮਾਹਿਰ ਕਹਿੰਦੇ ਆ ਕਿ ਸਾਰੇ ਹੱਥ ਆਪਣੀ ਕਿਸ ਖਾਸੀਅਤ ਰੱਖਦੇ ਆ ਕਿਉਂਕਿ ਭਿੰਨ ਭਿੰਨ ਲੋਕ ਭਿੰਨ ਭਿੰਨ ਸੁਭਾਅ ਦੇ ਮਾਲਕ ਹੁੰਦੇ ਆ ਕਿਸੇ ਵੀ ਦੋ ਵਿਅਕਤੀਆਂ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਇੱਥੋਂ ਤੱਕ ਕਿ ਦੋ ਜੋੜਿਆਂ ਦੇ ਹੱਥ ਵੀ ਉਹਨਾਂ ਦੇ ਸੁਭਾਅ ਦੇ ਵੱਖਰੇਵੇਂ ਕਰਕੇ ਇੱਕੋ ਜਿਹੇ ਨਹੀਂ ਹੁੰਦੇ ਹੱਥ ਰੇਖਾ ਮਾਹਿਰ ਹੱਥ ਤੋਂ ਪੂਰੀ ਡੂੰਘਾਈ ਤੋਂ ਸੂਚਨਾ ਪ੍ਰਾਪਤ ਕਰਨ ਦੀ ਆਸ ਕਰਦੇ ਆ ਤਾਕਿ ਉਹ ਬਹੁਤ ਸਾਰਿਆਂ ਨੂੰ ਹੈਰਾਨ ਕਰ ਸਕਣ ਤੇ ਸਿੱਧ ਕਰ ਸਕਣ ਕਿ ਹੱਥ ਦਾ ਵਿਸ਼ਲੇਸ਼ਣ ਕਿੰਨਾ ਤਰਕਵਾਦੀ ਤੇ ਵਿਗਿਆਨਕ ਹੈ ਅਜੇ ਆਕਰਨ ਨਾਲ ਹੱਥ ਰੇਖਾ ਮਾਹਿਰਾਸ ਕਰਦੇ ਹੈ ਕਿ ਹੱਥ ਰੇਖਾ ਪੜਨਾ ਸਿੱਧਾ ਸਿੱਧੀ ਤੇ ਖੇਤਰ ਤੋਂ ਉੱਪਰ ਸਮਝੀ ਜਾਏਗੀ ਜਿਸ ਨਾਲ ਇਹਦਾ ਕੋਈ ਦੂਰ ਨੇੜੇ ਦਾ ਸਬੰਧ ਨਹੀਂ ਹੈ ਤੇ ਜਿਹਦਾ ਸਥਾਨ ਮਨੁੱਖਤਾ ਦੀਆਂ ਸੇਵਾਵਾਂ ਲਈ ਦੂਜੇ ਤਰਕਵਾਦੀ ਸਾਧਨਾਂ ਚ ਹੋਏਗਾ ਇਸ ਤੋਂ ਅੱਗੇ ਹੱਥ ਰੇਖਾ ਮਾਹਿਰ ਦਲੀਲ ਦਿੰਦੇ ਹੈ ਕਿ ਹੱਥ ਰੇਖਾ ਪੜਨਾ ਇੱਕ ਵਿਗਿਆਨ ਹੈ ਤੇ ਹੱਥ ਰੇਖਾ ਪੜਨ ਵਾਲੇ ਵਿੱਚ ਕੋਈ ਮਾਨਸਿਕ ਸ਼ਕਤੀਆਂ ਸਾਈਕਿਕ ਪਾਵਰ ਹੋਣ ਦਾ ਦਾਵਾ ਨਹੀਂ ਕੀਤਾ ਜਾਂਦਾ ਇਹਦਾ ਪਿੱਛੋਕੜ ਚਾਹੇ ਕਿੰਨਾ ਵੀ ਪ੍ਰਾਚੀਨ ਹੈ ਪਰ ਇਹ ਕੋਈ ਪਾਗਲਪਨ ਨਹੀਂ ਹੈ ਇਹ ਦਲੀਲ ਦਿੰਦੇ ਹੋਏ ਹੱਥ ਰੇਖਾ ਪੜਨਾ ਇੱਕ ਪੁਰਾਣੀ ਪਰ ਫਿਰ ਵੀ ਵਿਗਿਆਨਾਂ ਚੋ ਜਵਾਨ ਵਿਗਿਆਨ ਹੈ ਉਹ ਇਹਨੂੰ ਬਿਨਾਂ ਸ਼ੱਕ ਤੇ ਇੱਕ ਛੁਪਿਆ ਹੋਇਆ ਵਿਗਿਆਨ ਕਹਿੰਦੇ ਆ ਸਿਰਫ ਥੋੜਾ ਜਿਹਾ ਸਮਾਂ ਪਹਿਲਾਂ ਹੀ ਇਹ ਗਲੀਆਂ ਦਾ ਵਪਾਰ ਬਣਿਆ ਹਨੇਰੇ ਭੂਤਕਾਲ ਚ ਤੁਰੀ ਆਉਂਦੀ ਧੁੰਦਲੇ ਵਰਤਮਾਨ ਨਾਲ ਢੋਲ ਕਰਦੀ ਹੱਥ ਰੇਖਾ ਪੜਾਈ ਦਾ ਹੱਥ ਰੇਖਾ ਮਾਹਿਰ ਆਸਪੂਰਨ ਤੇ ਖੁਸ਼ਹਾਲ ਭਵਿੱਖ ਦੱਸਦੇ ਹੈ ਜਦ ਤੋਂ ਹੱਥ ਰੇਖਾ ਪੜਾਈ ਚ ਵਿਗਿਆਨਕ ਢੰਗ ਲਾਗੂ ਕੀਤਾ ਗਿਆ ਇਹਨੇ ਇੱਕ ਨਵੀਂ ਪਹੁੰਚ ਇੱਕ ਨਵਾਂ ਭਾਵਾਰਤਿਕ ਪੱਕਾ ਉਦੇਸ਼ ਲਿਆਂਦਾ ਹੈ ਇਹ ਵਿਅਕਤੀ ਦੇ ਕਿੱਤਾ ਤੇ ਜੀਵਨ ਦੇ ਹਨੇਰੇ ਵਰਕਿਆਂ ਨੂੰ ਦਿਖਾਉਣ ਲਈ ਚਾਨਣ ਦੀ ਕਿਰਨ ਬਣ ਰਹੀ ਹੈ ਹੱਥ ਰੇਖਾ ਮਾਹਿਰ ਹੱਥ ਪੜਨ ਨੂੰ ਵਿਗਿਆਨ ਕਿਉਂ ਕਹਿੰਦੇ ਹੈ ਕਿਉਂਕਿ ਉਹ ਇਕੱਠੇ ਕੀਤੇ ਅੰਕੜਿਆਂ ਤੇ ਸੂਚਨਾ ਉੱਤੇ ਅਧਾਰਿਤ ਹੋਣ ਦਾ ਦਾਵਾ ਕਰਦੇ ਐ ਇਹ ਭੌਤਿਕ ਵਿਗਿਆਨ ਜਾਂ ਰਸਾਇਣਿਕ ਵਿਗਿਆਨ ਵਾਂਗ ਤਾਂ ਵਿਗਿਆਨ ਨਹੀਂ ਹੋ ਸਕਦੀ ਜਿਹੜੇ ਗਣਿਤਾਂ ਦੀ ਤਰ੍ਹਾਂ ਬਿਲਕੁਲ ਠੀਕ ਹੋਣਾ ਫਰਜ਼ ਕਰੀ ਜਾਂਦੇ ਐ ਪਰ ਉਹ ਕਹਿੰਦੇ ਐ ਕਿ ਅਰਥ ਸ਼ਾਸਤਰ ਰਾਜਨੀਤੀ ਸਮਾਜਿਕ ਵਿਗਿਆਨ ਤੇ ਮਨੋਵਿਗਿਆਨ ਵਾਂਗ ਹੀ ਵਿਗਿਆਨ ਐ ਦੂਜੇ ਵਿਗਿਆਨਾਂ ਦੀ ਤਰ੍ਹਾਂ ਹੱਥ ਪੜਨ ਵਾਲੇ ਹੱਥ ਪੜਨ ਵਿੱਚ ਭਵੇ ਖ ਬਾਣੀ ਦੀ ਸੱਚਾਈ ਤੱਕ ਪਹੁੰਚਣ ਲਈ ਨਿਰੀਖਣ ਕਰਨ ਪ੍ਰਯੋਗ ਰਾਈ ਪਰਖ ਕਰਨ ਤਜਰਬੇ ਭਾਵ ਅਨੁਭਵ ਨਾਲ ਇਹਦੇ ਸਿੱਟਿਆਂ ਦਾ ਤੁਲਨਾਤਮਕ ਅਧਿਐਨ ਕਰੰਤੇ ਤੋਂ ਇੱਕ ਸਾਰ ਸਿਧਾਂਤ ਤਿਆਰ ਕਰਨ ਵਰਗੇ ਨਿਯਮਾਂ ਦੀ ਵਰਤੋਂ ਕਰਨ ਦਾ ਦਾਵਾ ਕਰਦੇ ਹਨ ਹੱਥ ਰੇਖਾ ਪੜਨ ਦੇ ਆਧਾਰ ਹੱਥ ਰੇਖਾ ਪੜਨ ਦੇ ਵਿਗਿਆਨ ਨੂੰ ਹੱਥ ਦੀ ਸ਼ਕਲ ਉੱਤੇ ਆਧਾਰਿਤ ਕੀਤਾ ਜਾਂਦਾ ਹੈ ਹਰੀ ਕੁੰਗਲ ਤੇ ਅੰਗੂਠੇ ਦੇ ਮੁੱਢ ਤੇ ਹਥੇਲੀ ਉੱਪਰ ਉਭਰੀਆਂ ਹੋਈਆਂ ਮਾਸਪੇਸ਼ੀਆਂ ਨੂੰ ਪਰਵਤ ਆਖਿਆ ਜਾਂਦਾ ਹੈ ਇਹ ਪਰਵਤ ਵਿਅਕਤੀ ਦੀ ਸ਼ਖਸੀਅਤ ਤੇ ਆਚਰਣ ਬਾਰੇ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਦੇ ਹੈ ਚਮੜੀ ਦਾ ਤਰਤਲ ਹਥੇਲੀਆਂ ਦਾ ਰੰਗ ਹਥੇਲੀਆਂ ਦਾ ਨਰਮ ਜਾਂ ਸਖਤ ਹੋਣਾ ਨਵਾਂ ਦੀ ਇਕਸਾਰਤਾ ਹੱਥਾਂ ਅੰਗੂਠੇ ਤੇ ਉਂਗਲੀਆਂ ਦਾ ਆਕਾਰ ਉਂਗਲੀਆਂ ਦੇ ਪੋਟੇ ਖੁਸ਼ਕ ਤੇ ਤਰ ਕਿਸਮ ਦੇ ਹੱਥ ਹੱਥਾਂ ਉੱਪਰਲੇ ਵਾਲ ਆਦਿ ਹੋਰ ਵੀ ਤੱਤ ਹਨ ਜਿਹੜੇ ਇਸ ਵਿਗਿਆਨ ਦੀ ਸਹੀ ਜਾਣਕਾਰੀ ਪ੍ਰਾਪਤ ਕਰਨ 'ਚ ਸਹਾਇੀ ਹੁੰਦੇ ਆ ਇਹ ਸਭ ਕੁਝ ਦਾ ਅਧਿਐਨ ਕੀਰੋਮੈਂਸੀ ਦੇ ਨਾਂ ਹੇਠ ਕੀਤਾ ਜਾਂਦਾ ਹੈ ਰੇਖਾਵਾਂ ਦੇ ਨਿਰੰਤਰ ਨਿਰੀਖਣ ਤੇ ਵਿਸ਼ਲੇਸ਼ਣ ਨਾਲ ਵਿਦਵਾਨਾਂ ਵੱਲੋਂ ਅਣਗਿਣਤ ਤਜਰਬਿਆਂ ਦੇ ਨਤੀਜਿਆਂ ਨੂੰ ਪਰਸਪਰ ਅਧਿਐਨ ਕਰਨ ਉਪਰੰਤ ਇਹ ਨਤੀਜਾ ਕੱਢਿਆ ਗਿਆ ਹੈ ਕਿ ਵਿਸ਼ੇਸ਼ ਥਾਵਾਂ ਉੱਪਰ ਵੇਖੀਆਂ ਜਾਂਦੀਆਂ ਰੇਖਾਵਾਂ ਹਮੇਸ਼ਾ ਇੱਕੋ ਗੱਲ ਦੀਆਂ ਸੂਚਕ ਹੁੰਦੀਆਂ ਤੇ ਇਹਨਾਂ ਰੇਖਾਵਾਂ ਦੇ ਵਿਸ਼ੇਸ਼ ਬਣਤਰ ਬਿਨਾਂ ਕਿਸੇ ਸੰਦੇਹ ਦੇ ਉਹਨਾਂ ਵੱਲੋਂ ਦਰਸਾਈ ਜਾਂਦੀ ਘਟਨਾਵਾਂ ਦੇ ਮਾੜੇ ਜਾਂ ਚੰਗੇ ਅਰਥ ਦੱਸਦੀਆਂ ਹਨ ਇਸ ਤਰ੍ਹਾਂ ਇਹ ਵੀ ਸਿੱਧ ਕੀਤਾ ਜਾ ਚੁੱਕਿਆ ਹੈ ਕਿ ਜਦੋਂ ਵਿਅਕਤੀ ਦੇ ਮਨ ਉਤੇ ਇਹਨਾਂ ਰੇਖਾਵਾਂ ਦਾ ਗਹਿਰਾ ਪ੍ਰਭਾਵ ਕਰਿਆ ਜਾਂਦਾ ਹੈ ਤੇ ਰੇਖਾਵਾਂ ਥੇਲੀ ਦੇ ਵਿਸ਼ੇਸ਼ ਹਿੱਸਿਆਂ ਉਤੇ ਪ੍ਰਗਟ ਹੋ ਜਾਂਦੀਆਂ ਜਾਂ ਟੁੱਟ ਜਾਂਦੀਆਂ ਜਾਂ ਖਤਮ ਹੋ ਜਾਂਦੀਆਂ ਤੇ ਵਿਅਕਤੀ ਉੱਪਰ ਪਏ ਸ਼ੁਭ ਜਾਂ ਸ਼ੁਪਰਭਾਵ ਦੇ ਅਨੁਸਾਰ ਇਹ ਬਦਲ ਵੀ ਜਾਂਦੀਆਂ ਹਨ ਅੰਗੈਂਤ ਹੱਥਾਂ ਦਾ ਨਿਰੀਖਣ ਕਰਨ ਬਾਅਦ ਹੱਥ ਰੇਖਾ ਮਾਹਿਰ ਦਾਵਾ ਕਰਦੇ ਹੈ ਕਿ ਇਹ ਪ੍ਰਭਾਵ ਕਿੱਥੇ ਵੱਧ ਪ੍ਰਗਟ ਹੁੰਦੇ ਹੈ ਤੇ ਕਿਹੜੀਆਂ ਰੇਖਾਵਾਂ ਚੰਗੀ ਜਾਂ ਮਾੜੀ ਕਿਸਮਤ ਨੂੰ ਦਰਸਾਉਂਦੀ ਹੈ ਪਰ ਨਵੇਂ ਜੰਮੇ ਬੱਚੇ ਨੌਜਵਾਨਾਂ ਤੇ ਬੱਚਿਆਂ ਦੇ ਹੱਥਾਂ ਉੱਪਰ ਇਹ ਰੇਖਾਵਾਂ ਵੇਖੀਆਂ ਜਾ ਸਕਦੀਆਂ ਇਹ ਹਰ ਪਾਸੇ ਪ੍ਰਗਟ ਹੁੰਦੀਆਂ ਇਹ ਰੇਖਾਵਾਂ ਉੱਥੇ ਹੀ ਹੁੰਦੀਆਂ ਜਿੱਥੇ ਚਮੜੀ ਨਰਮ ਤੇ ਲਚਕਦਾਰ ਹੁੰਦੀ ਹੈ ਤੇ ਅਕਸਰ ਮੋਟੀਆਂ ਲਕੀਰਾਂ ਸਪਸ਼ਟ ਹੁੰਦੀਆਂ ਜਾਂਦੀਆਂ ਤੇ ਅਖੀਰ ਚ ਬਿਲਕੁਲ ਮਿਟ ਜਾਂਦੀਆਂ ਜਿਸ ਨਾਲ ਹਥੇਲੀ ਉੱਪਰਲੀ ਚਮੜੀ ਨਰਮ ਤੇ ਕੋਲੀ ਜੀ ਬਣ ਜਾਂਦੀ ਹੈ। ਕਈ ਰੇਖਾਵਾਂ ਲੰਬਾਈ ਤੇ ਡੂੰਘਾਈ ਚ ਵਧਦੀਆਂ ਜਾਂਦੀਆਂ। ਕਈ ਹੋਰ ਲਕੀਰਾਂ ਵਧਦੀਆਂ ਜਾਂਦੀਆਂ। ਉਦੋਂ ਤੱਕ ਵਧਦੀਆਂ ਜਾਂਦੀਆਂ ਜਦੋਂ ਪੂਰੀ ਲਕੀਰ ਖਤਮ ਨਹੀਂ ਹੁੰਦੀ। ਹੱਥ ਰੇਖਾ ਮਾਹਰ ਰੱਖਦੇ ਆ ਕਿ ਵਿਅਕਤੀ ਦੇ ਦਿਮਾਗ ਉੱਪਰ ਪਏ ਡੂੰਗੇ ਪ੍ਰਭਾਵਾਂ ਕਰਣ ਇਹਨਾਂ ਰੇਖਾਵਾਂ 'ਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਇਹ ਦਾਵਾ ਕਰਦੇ ਆ ਕਿ ਇਹਨਾਂ ਰੇਖਾਵਾਂ ਦਾ ਕੋਈ ਨਾ ਕੋਈ ਉਦੇਸ਼ ਹੈ। ਮਨੁੱਖੀ ਸਰੀਰ ਦੇ ਨਰੀਖਣ ਨਾਲ ਜਿਵੇਂ ਚਿਹਰੇ ਉੱਪਰ ਕੁਦਰਤੀ ਤੌਰ ਤੇ ਅੱਖਾਂ ਕੰਨ ਨੱਕ ਦਾ ਸਥਾਨ ਨਿਰਧਾਰਿਤ ਕੀਤਾ ਗਿਆ ਉਸੇ ਤਰ੍ਹਾਂ ਉਹਦੀ ਹਥੇਲੀ ਉੱਪਰ ਸਿਰ ਦਿਲ ਜੀਵਨਾਦਰਖਾਵਾਂ ਦਾ ਕੁਦਰਤੀ ਸਥਾਨ ਵੀ ਪਛਾਣ ਬਣਾ ਲੈਂਦਾ ਹੈ ਪੁਰਾਣੇ ਸਮਿਆਂ 'ਚ ਸਰੀਰ ਦੀ ਰਚਨਾ ਬਿਮਾਰੀ ਤੇ ਉਹਦੀ ਇਲਾਜ ਬਾਰੇ ਆਮ ਜੀ ਵਕਫੀਅਤ ਹੁੰਦੀ ਸੀ ਅਜੋਕੇ ਯੁੱਗੰਦਰ ਸਰੀਰ ਰਚਨਾ ਵਿਗਿਆਨ ਤੇ ਡਾਕਟਰੀ ਵਿਗਿਆਨ ਦੇ ਵਿਕਾਸ ਨਾਲ ਸਰੀਰ ਦੇ ਵਖਵਾ ਖੰਗਾ ਪ੍ਰਤੀ ਸਾਡੇ ਗਿਆਨ ਚ ਅਸਲੀ ਜਾਣਕਾਰੀ ਦਾ ਵਾਧਾ ਹੋਇਆ ਹੈ ਕਿਸੇ ਇੱਕ ਵਿਸ਼ੇ ਵਿੱਚ નિਪੁੰਨਤਾ ਹਾਸਲ ਕਰਨ ਸਦਕਾ ਡਾਕਟਰ ਨੂੰ ਵਿਸ਼ੇਸ਼ ਅੰਗ ਦੇ ਬਾਰੇ ਵਿਸਥਾਰ ਵਿੱਚ ਮੁਕੰਮਲ ਜਾਣਕਾਰੀ ਹਾਸਲ ਕਰਨ 'ਚ ਬਹੁਤ ਸ਼ੌਕ ਹੋ ਗਈ ਹੈ ਇਸ ਤੋਂ ਪਹਿਲਾਂ ਸਮੁੱਚੇ ਸਰੀਰ ਦਾ ਅਧਿਐਨ ਕਰਨਾ ਕਾਫੀ ਗੁੰਝਲਦਾਰ ਤੇ ਪੇਚੀਦਾ ਕੰਮ ਸੀ ਨਵੇਂ ਯੋਗੰਦਰ ਕੰਨ ਨੱਕ ਅੱਖ ਚਮੜੀ ਹੱਡੀਆਂ ਦਿਲ ਆਦਿ ਵਿਸ਼ੇਸ਼ ਖੇਤਰਾਂ 'ਚ ਮੁਹਾਰਤ ਹਾਸਲ ਕਰ ਲੈਣ ਕਾਰਨ ਬਹੁਤ ਹੀ ਤਰੱਕੀ ਹੋਈ ਹੈ ਤੇ ਇਹਦੇ ਹੈਰਾਨੀਜਨਕ ਨਤੀਜੇ ਵੀ ਸਾਹਮਣੇ ਆਏ ਅਚੰਭਾजनक ਗੱਲ ਇਹ ਹੈ ਕਿ ਨਿਪੁੰਨਤਾ ਤੀ ਮੁਹਾਰ ਦੇਸ ਯੁੱਗ ਵਿੱਚ ਸਾਰੇ ਸਰੀਰ ਤੇ ਦੇ ਵਫਾਦਾਰ ਸੇਵਾਦਾਰ ਤੇ ਮਨੁੱਖੀ ਜ਼ਿੰਦਗੀ ਦੇ ਕੁਦਰਤੀ ਵਰਤਾਰੇ ਦੇ ਸਬੰਧ ਵਿੱਚ ਸੂਚਨਾ ਸੰਗ੍ਰਹਿ ਕਰਨ ਵਾਲੇ ਹੱਥਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਹੱਥ ਰੇਖਾਵਾਂ ਵੇਖਣ ਵਾਲੀ ਆਪਣੇ ਆਪ ਨੂੰ ਇਹਨਾਂ ਦੇ ਅਧਿਐਨ ਚ ਨਿਪੁੰਨ ਸਮਝਦੀ ਹੈ। ਹੱਥ ਉੱਪਰ ਰੇਖਾਵਾਂ ਦੇ ਮਕਸਦ ਦਾ ਅਧਿਐਨ ਕਰਕੇ ਉਹ ਦਾਵਾ ਕਰਦੀ ਹੈ ਕਿ ਇਹਨਾਂ ਦੇ ਇਸ ਮਕਸਦ ਦੀ ਖੋਜ ਕੀਤੀ ਹੈ ਤੇ ਇਸ ਮਕਸਦ ਨੂੰ ਸਾਬਤ ਵੀ ਕਰ ਦਿੱਤਾ ਹੈ। ਆਉਂੇ ਨਦੇ ਇਹਨਾਂ ਦਾਅਵਿਆਂ ਦਾ મૂਲੰਕਣ ਕਰੀਏ ਹੱਥ ਵੇਖਣ ਵਾਲਿਆਂ ਦੇ ਦਾਅਵਿਆਂ ਦਾ મૂਲੰਕਣ ਇੱਥੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਜਿਵੇਂ ਕਿ ਹੱਥ ਉੱਪਰ ਰੇਖਾਵਾਂ ਕਿਉਂ ਪੈਦਾ ਹੁੰਦੀਆਂ ਵਕਫਾ ਖੱਥਾਂ 'ਚ ਵੀ ਲਖਣ ਤਾਂ ਕਿਉਂ ਹੁੰਦੀ ਹੈ ਇਹ ਰੇਖਾਵਾਂ ਬਦਲਦੀਆਂ ਕਿਉਂ ਆ ਇਹ ਨਵੀਆਂ ਕਿਉਂ ਬਣਦੀਆਂ ਲੂਪ ਕਿਉਂ ਹੋ ਜਾਂਦੀਆਂ ਰੇਖਾਵਾਂ ਦਾ ਕੀ ਅਰਥ ਹੁੰਦਾ ਹੈ ਹੱਥ ਰੇਖਾ ਵਿੱਦਿਆ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਮੈਂ ਇਸ ਖੇਤਰ 'ਚ ਮੇਰੇ ਵੱਲੋਂ ਕੀਤੀ ਗਈ ਰਿਸਰਚ ਦੇ ਨਤੀਜਿਆਂ ਉੱਪਰ ਅਧਾਰਿਤ ਚਮੜੀ ਹੱਥਾਂ ਪੈਰਾਂ ਦੀਆਂ ਰੇਖਾਵਾਂ ਦੇ ਮੌਲਿਕ ਕੁਦਰਤੀ ਲੱਛਣਾਂ ਬਾਰੇ ਵਿਚਾਰ ਕਰਨੀ ਹੈ ਜਦੋਂ ਤੋਂ ਮਨੁੱਖੀ ਨਸਲ ਸ਼ੁਰੂ ਹੋਈ ਹੈ ਸਰੀਰ ਦੇ ਦੋ ਅੰਗਾਂ ਹੱਥਾਂ ਤੇ ਪੈਰਾਂ ਦਾ ਜ਼ਮੀਨ ਤੇ ਹੋਰ ਚੀਜ਼ਾਂ ਨਾਲ ਸਿੱਧਾ ਸੰਬੰਧ ਰਿਹਾ ਹੈ ਜਿੱਥੇ ਵੀ ਕਿਤੇ ਜਦੋਂ ਵੀ ਕਿਤੇ ਵਸਤੂ ਤੱਕ ਪਹੁੰਚਣ ਛੋਣ ਜਾਂ ਚੁੱਕਣ ਦੀ ਲੋੜ ਸੀ ਤਾਂ ਇਹ ਦੋ ਅੰਗ ਹੀ ਵਰਤੇ ਗਏ ਲਗਾਤਾਰ ਵਰਤੇ ਤੋਂ ਨਾਲ ਇਹਨਾਂ ਪਾਸਿਆਂ ਉੱਪਰ ਨਵੀਂ ਕਿਸਮ ਦੀ ਚਮੜੀ ਬਣਾਈ ਗਈ ਜਿਹੜੀ ਚੀਜ਼ਾਂ ਨੂੰ ਛੂੰਹਦੇ ਐ ਇਸ ਤਰ੍ਹਾਂ ਪੈਰਾਂ ਦੀ ਹੇਟਲੀ ਤੇ ਹੱਥਾਂ ਵਿੱਚਲੀ ਚਮੜੀ ਇੱਕੋ ਜੀ ਬਣਦੀ ਗਈ ਤੇ ਜਦੋਂ ਤੋਂ ਮਨੁੱਖ ਨੇ ਆਪਣੇ ਸਰੀਰ ਦਾ ਸੰਤੁਲਨ ਪੈਰਾਂ ਤੇ ਰੱਖਣਾ ਸਿੱਖਿਆ ਪੈਰਾਂ ਦੇ ਮੁਕਾਬਲੇ ਹੱਥਾਂ ਦੀ ਚਮੜੀ ਹੋਰ ਵਧੀਆ ਬਣਦੀ ਗਈ ਪੈਰ ਸਾਡੇ ਸਰੀਰ ਦਾ ਭਾਰ ਚਲਦੇ ਹੋਏ ਅਕਸਰ ਹੀ ਜ਼ਿਆਦਾ ਸਖਤ ਧਰਾਤਲ ਨਾਲ ਮਿਲਦੇ ਰਹਿੰਦੇ ਐ ਇਸ ਤਰ੍ਹਾਂ ਪੈਰਾਂ ਦੀ ਚਮੜੀ ਹੱਥਾਂ ਦੀ ਵਧੀਆ ਚਮੜੀ ਤੇ ਸਖਤ ਤੇ ਖੁਰਦਰੀ ਬਣ ਜਾਂਦੀ ਐ ਆਮ ਦੇਖਣ ਵਾਲਾ ਵਿਅਕਤੀ ਵੀ ਹੱਥਾਂ ਦੇ ਉੱਪਰਲੀ ਤੇ ਵਿਚਲੀ ਚਮੜੀ ਦੀ ਹੱਦ ਵੇਖ ਸਕਦਾ ਹੈ। ਉਹੀ ਹੱਦ ਪੈਰਾਂ ਤੇ ਵੇਖੀ ਜਾ ਸਕਦੀ ਹੈ। ਇੱਕ ਵਿੰਗੀ ਟੇਢੀ ਰੇਖਾ ਖਿੱਚੀ ਗਈ ਜਿੱਥੇ ਧਾਰੀਦਾਰ ਚਮੜੀ ਤੇ ਧਾਰੀਆਂ ਤੋਂ ਬਿਨਾ ਚਮੜੀ ਪੈਰਾਂ ਤੇ ਹੱਥਾਂ ਉੱਪਰ ਮਿਲਦੀ ਹੈ। ਜਿਹੜੀ ਵਰਤੀ ਹੋਈ ਤੇ ਨਾ ਵਰਤੀ ਹੋਈ ਚਮੜੀ ਦਾ ਫਰਕ ਵਿਖਾਉਂਦੀ ਹੈ। ਧਾਰੀਆਂ ਵਾਲੀ ਚਮੜੀ ਬਿਨਾ ਧਾਰੀਆਂ ਵਾਲੀ ਚਮੜੀ ਦੇ ਮੁਕਾਬਲੇ ਜ਼ਿਆਦਾ ਬਲੇਵੇਂ ਪ੍ਰਾਪਤ ਕਰਨ ਯੋਗ ਹੈ। ਜਿਹੜੀ ਨਾ ਮਾਤਰੀ ਵੱਲ ਪ੍ਰਾਪਤ ਕਰਦੀ ਹੈ। ਮੋੜ ਜਾਂ ਵਲ ਜਾਂ ਰੇਖਾਵਾਂ ਪ੍ਰਾਪਤ ਕਰਨ ਦੀ ਯੋਗਤਾ ਹੀ ਦੋਨਾਂ ਪ੍ਰਕਾਰ ਦੀਆਂ ਚਮੜੀਆਂ ਵਿੱਚ ਮੁੱਖ ਫਰਕ ਹੈ ਚਮੜੀ ਕਾਗਜ਼ ਜਾਂ ਕੱਪੜੇ ਦੀਆਂ ਵੱਖ-ਵੱਖ ਕਿਸਮਾਂ ਦੀ ਤਰ੍ਹਾਂ ਕੁਝ ਵਲ ਜਾਂ ਮੋੜ ਛੇਤੀ ਖਾ ਜਾਂਦੇ ਆ ਕੁਝ ਬਿਲਕੁਲ ਵੀ ਨਹੀਂ ਕੱਚਾ ਵਿੱਚ ਕੋਣੀਆਂ ਦੇ ਵਿਚਾਲੇ ਪਾਸੇ ਤੇ ਗੋਡਿਆਂ ਦੇ ਵਿਚਲੇ ਪਾਸੇ ਲਕੀਰਾਂ ਨਾ ਹੋਣ ਦਾ ਮੁੱਖ ਕਾਰਨ ਹੀ ਹੈ ਕਿ ਬੇਸ਼ੱਕ ਅਸੀਂ ਮਨੁੱਖੀ ਨਸਲ ਦੇ ਹੋਂਦ ਵਿੱਚ ਆਉਣ ਪਿੱਛੋਂ ਉਹਨਾਂ ਨੂੰ ਅਣਗਿਣਤ ਵਾਰੀ ਮੋੜਿਆ ਰੇਖਾਵਾਂ ਪੈਰਾਂ ਤੇ ਹੱਥਾਂ ਦੀ ਲਗਾਤਾਰ ਮੋੜਨ ਤੇ ਫੈਲਾਉਣ ਦੀ ਕਿਰਿਆ ਕਰਕੇ ਇੱਕ ਤਰ੍ਹਾਂ ਦਾ ਸਰੀਰਕ ਵਿਕਾਸ ਹੁੰਦਾ ਜਿਹੜਾ ਮਨੁੱਖ ਦੀ ਹੋਂਦ ਤੋਂ ਹੀ ਵਾਪਰਿਆ ਉਹ ਨਰਮ ਚਮੜੀ ਉੱਤੋਂ ਜ਼ਿਆਦਾ ਲੱਭਦੀਆਂ ਤੇ ਅਕਸਰ ਬਦਲਦੀਆਂ ਪੈਦਾ ਹੁੰਦੀਆਂ ਤੇ ਲੂਪ ਹੁੰਦੀਆਂ ਰੇਖਾਵਾਂ ਡੂੰਘੀਆਂ ਤੇ ਲੰਬਾਈ 'ਚ ਵੱਧਦੀਆਂ ਤੇ ਘਟਦੀਆਂ ਸਾਰੀਆਂ ਤਬਦੀਲੀਆਂ ਜਿਵੇਂ ਨਵੀਆਂ ਰੇਖਾਵਾਂ ਦਾ ਪੰਣਾ ਲੂਪ ਹੋਣਾ ਮੱਧਮ ਪੈਣਾ ਡੂੰਗਾ ਹੋਣਾ ਲੰਬਾ ਹੋਣਾ ਉਸੇ ਹੱਥ ਉੱਤੇ ਜ਼ਿਆਦਾ ਵਾਪਰਦਾ ਜਿਹੜਾ ਜ਼ਿਆਦਾ ਵਰਤਿਆ ਜਾਂਦਾ ਹੈ ਸੱਜਾ ਹੱਥ ਜ਼ਿਆਦਾ ਵਰਤਣ ਦੀ ਹਾਲਤ ਵਿੱਚ ਤਬਦੀਲੀਆਂ ਜ਼ਿਆਦਾ ਸੱਜੇ ਹੱਥ ਤੇ ਹੋਣਗੀਆਂ ਤੇ ਖੱਬੇ ਹੱਥ ਦੀ ਹਾਲਤ ਵਿੱਚ ਖੱਬੇ ਹੱਥ ਉੱਤੇ ਮੁੱਖ ਰੇਖਾਵਾਂ ਹਥੇਲੀ ਦੇ ਬਾਹਰਲੇ ਪਾਸੇ ਤੋਂ ਸ਼ੁਰੂ ਹੁੰਦੀਆਂ ਤੇ ਅੰਦਰਲੇ ਖੇਤਰ ਵਿੱਚ ਖਤਮ ਹੁੰਦੀਆਂ ਰੇਖਾਵਾਂ ਸ਼ੁਰੂ ਵਿੱਚ ਮੋਟੀਆਂ ਤੇ ਚੌੜੀਆਂ ਹੁੰਦੀਆਂ ਅੰਤ ਵਿੱਚ ਪਤਲੀਆਂ ਤੇ ਤਿੱਖੀਆਂ ਹੁੰਦੀਆਂ ਜਿਹੜੀਆਂ ਰੇਖਾਵਾਂ ਹੱਥ ਦੇ ਵਿਚਲੇ ਮੈਦਾਨ ਚ ਪੈਦਾ ਹੁੰਦੀਆਂ ਉਹਨਾਂ ਦੇ ਸਿਰੇ ਵਿਚਲੋਂ ਸਿਰੇ ਵਿਚਾਲੀੋਂ ਪਤਲੇ ਹੁੰਦੇ ਆ ਤੇ ਰੇਖਾਵਾਂ ਦੇ ਅੰਤ ਸਦਾ ਇੱਕਸਾਰ ਤੇ ਤਿੱਖੇ ਹੁੰਦੇ ਆ ਇਹ ਅਸਲੀਅਤ ਇਸ ਕਰਕੇ ਆ ਕਿ ਹੱਥ 모ੜਨ ਤੇ ਫੈਲਾਉਣ ਕਰਕੇ ਦਬਾਅ ਤੇ ਖਿੱਚਾ ਸਿਰਿਆਂ ਉੱਪਰ ਘਟ ਜਾਂਦਾ ਜਿੱਥੇ ਕਿਤੇ ਹੱਥ ਦੇ ਖੇਤਰਾਂ ਚ ਰੇਖਾ ਦਾ ਰੇਖਾਵਾਂ ਨਹੀਂ ਇਹਦਾ ਭਾਵ ਉਥੇ ਹੱਥ ਬੰਦ ਕਰਨ ਤੇ ਖੋਲਣ ਦਾ ਦਬਾਅ ਤੇ ਖਿਚਾਅ ਵਾਪਰਦਾ ਨਹੀਂ ਇਹ ਆਮ ਕਰਕੇ ਚੰਦਰਮਾ ਦੇ ਪਰਬਤ ਤੇ ਉਂਗਲਾਂ ਦੇ ਅੰਗੂਠੇ ਤੇ ਪੋਟਿਆਂ ਉੱਪਰ ਵਾਪਰਦਾ ਹੈ ਹੱਥ ਮੋੜਨ ਦੀ ਕਿਰਿਆ ਦਾ ਸ਼ਕਤੀਸ਼ਾਲੀ ਦਬਾਅ ਹੋਣ ਕਰਕੇ ਰੇਖਾਵਾਂ ਡੂੰਘੀਆਂ, ਤਕੜੀਆਂ ਤੇ ਲੰਬੀਆਂ ਬਣਦੀਆਂ ਜਦ ਕਿ ਫਲਾਉ ਦੀ ਕਮਜ਼ੋਰ ਕਿਰਿਆ ਕਮਜ਼ੋਰ ਤੇ ਛੋਟੀਆਂ ਰੇਖਾਵਾਂ ਪੈਦਾ ਕਰਦੀ ਹੈ ਪਰ ਨੋਟ ਕੀਤੀਆਂ ਸੱਚਾਈਆਂ ਨੂੰ ਮਨ 'ਚ ਰੱਖਦੇ ਹੋਏ ਆਓ ਹੱਥ ਰੇਖਾ ਮਹਾਰਾਂ ਦੇ ਦਾਅਵੇ ਪਰਖੀਏ ਹੱਥਾਂ ਤੇ ਪੈਰਾਂ ਉੱਪਰ ਰੇਖਾਵਾਂ ਕਿਉਂ ਹੁੰਦੀਆਂ ਹਨ ਹੱਥ ਰੇਖਾ ਮਹਰ ਦਾਵਾ ਕਰਦੀ ਹੈ ਕਿ ਹੱਥ ਦਿਮਾਗ ਦੇ ਸਭ ਤੋਂ ਨੇੜੇ ਦੇ ਸੇਵਕ ਹਨ ਤੇ ਦਿਮਾਗ ਨਾਲ ਜ਼ਿਆਦਾ ਵਰਤਾਓ ਰੱਖਦੇ ਹੈ ਇਸ ਲਈ ਨਾੜੀ ਪ੍ਰਣਾਲੀ ਦੁਆਰਾ ਦਿਮਾਗ 'ਚ ਰੁਚੀਆਂ ਦੇ ਪ੍ਰਭਾਵ ਹੱਥਾਂ ਉੱਤੇ ਉਕਰੇ ਜਾਂਦੇ ਹੈ ਮੈਂ ਆਮ ਜੀਵਨ ਤੇ ਜੱਚਾ ਬੱਚਾ ਹਸਪਤਾਲਾਂ 'ਚ ਨਵੇਂ ਜੰਮੇ ਸੈਂਕੜੇ ਬੱਚਿਆਂ ਦੇ ਹੱਥ ਤੇ ਪੈਰ ਵੇਖੇ ਮੈਂ ਆਪਣੇ ਬੱਚੇ ਦੇ ਜਨਮ ਸਮੇਂ ਵੀ ਹਾਜ਼ਰ ਸੀ ਤੇ તાਜੇ ਹੱਥ ਪੈਰ ਵੇਖੇ ਜਦੋਂ ਵੀ ਮੈਂ ਬੱਚੇ ਜਾਂ ਨੌਜਵਾਨ ਨੂੰ ਮਿਲਦਾ ਤਾਂ ਮੇਰਾ ਧਿਆਨ ਰੰਗ ਰੂਪ ਵਾਲ ਘਟ ਪਰ ਪੈਰਾਂ ਤੇ ਹੱਥਾਂ ਵੱਲ ਜ਼ਰੂਰ ਜਾਂਦਾ ਹੈ ਬੱਚੇ ਦੇ ਹੱਥ ਅੰਦਰ ਨੂੰ ਮੁੜੇ ਹੁੰਦੇ ਹੈ ਮੈਂ ਬਹੁਤ ਸਾਰੇ ਜਨਮ ਦੇ ਮਹਾਰਾ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਕੁਝ ਇੱਕ ਨੇ ਦੱਸਿਆ ਕਿ ਕਦੇ-ਕਦੇ ਜਨਮ ਸਮੇ ਬੱਚੇ ਦੇ ਹੱਥ ਵਿੱਚ ਨਾੜੀਆਂ ਵੀ ਫੜੀਆਂ ਹੁੰਦੀਆਂ ਬੱਚਿਆਂ ਦੇ ਹੱਥਾਂ 'ਚ ਰੇਖਾਵਾਂ ਜ਼ਿਆਦਾ ਹੁੰਦੀਆਂ ਰੇਖਾਵਾਂ ਇੱਕ ਸਰੀਰਕ ਵਿਕਾਸ ਹੈ ਉਹ ਮਨੁੱਖੀ ਨਸਲ ਦੇ ਹੱਥਾਂ ਨੂੰ ਬੰਦ ਕਰਨ ਤੇ ਫੈਲਾਉਣ ਦੀਆਂ ਕਿਰਿਆਵਾਂ ਕਰਕੇ ਬਣਦੀਆਂ ਜਿੱਥੇ ਕਿਤੇ ਵੀ ਬੱਚੇ ਦੇ ਹੱਥ ਤੇ ਪੈਰ ਮੁੜਦੇ ਤੇ ਖੁੱਲਦੇ ਆ ਉੱਥੇ ਰੇਖਾ ਹੈ ਇੱਕ ਵੀ ਰੇਖਾ ਜਿਹੀ ਨਹੀਂ ਹੈ ਜਿੱਥੇ ਹੱਥ ਮੁੜਦਾ ਜਾਂ ਫੈਲਦਾ ਨਹੀਂ ਤੁਸੀਂ ਆਪਣੇ ਹੱਥ ਤੇ ਪੈਰ ਆਪ ਵੇਖ ਸਕਦੇ ਹੋ ਉਂਗਲੀਆਂ ਦੇ ਪੋਟਿਆਂ ਤੇ ਚੰਦਰਮਾ ਦੇ ਪर्वਤ ਉੱਤੇ ਨਾ ਮਾਤਰ ਕਮਜ਼ੋਰ ਰੇਖਾਵਾਂ ਕਿਉਂ ਹੈ ਸੌਖਾ ਜਵਾਬ ਹੈ ਅਸੀਂ ਇਹ ਖੇਤਰ ਬਹੁਤ ਘੱਟ ਮੋੜ ਜਾਂ ਫੈਲਾ ਸਕਦੇ ਹਾਂ ਇੱਕ ਸਰੀਰਕ ਕਿਰਿਆ ਨਾ ਕਿ ਮਾਨਸਿਕ ਇੱਕ ਬੱਚਾ ਆਪਣੀ ਰੁਚੀਆਂ ਤੇ ਮਾਨਸਿਕਤਾ ਦਾ ਬੱਚੇਦਾਨੀ ਚ ਵਿਕਾਸ ਨਹੀਂ ਕਰਦਾ ਪਰ ਉੱਥੇ ਉਹਦੀਆਂ ਰੇਖਾਵਾਂ ਦਾ ਦੂਜੇ ਅੰਗਾ ਵਾਂਗ ਵਿਕਾਸ ਹੁੰਦਾ ਹੈ ਇਸ ਲਈ ਇਹ ਕਹਿਣਾ ਕਿ ਰੇਖਾਵਾਂ ਦਿਮਾਗ 'ਚ ਪ੍ਰਭਾਵਾਂ ਦਾ ਹੀ ਛਾਪਾ ਹੈ ਤਰਕ ਰਹਤ ਹੈ ਮਾਨਸਿਕ ਵਿਕਾਸ ਉਹ ਕਿਰਿਆ ਜਿਹੜੀ ਜਨਮ ਤੋਂ ਪਿੱਛੋਂ ਹੀ ਵਿਕਸਿਤ ਕੀਤੀ ਜਾਂਦੀ ਹੈ ਪੈਰਾਂ ਤੇ ਹੱਥਾਂ ਦੇ ਉੱਪਰਲੇ ਪਾਸਿਆਂ ਉੱਤੇ ਰੇਖਾਵਾਂ ਦੀ ਅਨਹੋਂਦ ਵੀ ਮੋੜਨ ਤੇ ਖੋਲਣ ਦੀਆਂ ਕਿਰਿਆਵਾਂ ਦੇ ਸਿਧਾਂਤਾਂ ਸਬੂਤ ਹੈ ਇਹ ਅਸਲੀਅਤ ਹੈ ਕਿ ਅਸੀਂ ਹੱਥਾਂ ਤੇ ਪੈਰਾਂ ਨੂੰ ਉੱਪਰ ਵੱਲ 모ੜ ਨਹੀਂ ਸਕਦੇ ਤੇ ਚਮੜੀ ਦੀਆਂ ਕਿਸਮਾਂ ਵੱਖਰੀਆਂ ਹਨ ਹੱਥਾਂ ਤੇ ਪੈਰਾਂ ਦੇ ਉੱਪਰ ਵੱਲ ਰੇਖਾਵਾਂ ਦੀ ਅਨਹੋਂਦ ਦੇ ਇਹ ਦੋਨੋਂ ਹੀ ਕਾਰਨ ਹਨ ਆਪਣੀ ਕਿਤਾਬ ਹੱਥਾਂ ਦੀ ਬੋਲੀ ਚ ਕੀਰੋ ਕਹਿੰਦਾ ਹੈ ਇਹ ਸੱਚੀ ਗੱਲ ਹੈ ਕਿ ਹੱਥ ਰੇਖਾਵਾਂ ਉੱਪਰ ਮੁੜਦੇ ਹਨ ਫਰੇ ਵੀ ਸੱਚੀ ਗੱਲ ਹੈ ਕਿ ਹੱਥ ਰੇਖਾਵਾਂ ਤੇ ਨਿਸ਼ਾਨ ਉੱਥੇ ਵੀ ਲੱਭਦੇ ਹਨ ਜਿੱਥੇ ਹੱਥਾਂ ਦਾ ਮੁੜਨਾ ਸੰਭਵ ਨਹੀਂ ਹੋ ਸਕਦਾ ਫਿਰ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ 'ਚ ਰੇਖਾਵਾਂ ਬਿਲਕੁਲ ਲੂਪ ਹੋ ਜਾਂਦੀਆਂ ਹਨ ਭਾਵੇਂ ਹੱਥ ਪਹਿਲਾਂ ਵਾਂਗ ਮੁੜਨਾ ਜਾਰੀ ਰੱਖਦਾ ਹੈ ਇਹ ਕਹਿਣਾ ਕਿ ਹੱਥ ਰੇਖਾਵਾਂ ਉੱਪਰ ਮੁੜਦੇ ਹਨ ਗੁੰਮਰਾਹਕੁਨ ਹੈ ਜਦ ਕਿ ਸਚਾਈ ਇਹ ਹੈ ਕਿ ਸਾਰੀਆਂ ਮੁੱਖ ਰੇਖਾਵਾਂ ਜਿੱਥੇ ਹੱਥ ਦਾ ਮੁੜਨਾ ਸੰਭਵ ਨਹੀਂ ਹੱਥ ਜਾਂ ਉਂਗਲਾਂ ਦੇ ਫੈਲਾਉਣ ਨਾਲ ਬਣਦੀਆਂ ਹਨ ਅਸੀਂ ਚੰਦਰਮਾ ਦੇ ਪਰਬਤ ਦੇ ਖੇਤਰ ਨੂੰ ਘਾਟ ਹੀ ਫੈਲਾ ਸਕਦੇ ਹਾਂ ਇਸ ਕਰਕੇ ਉੱਥੇ ਮੁਸ਼ਕਲ ਨਾਲ ਹੀ ਕੋਈ ਰੇਖਾ ਵੇਖੀ ਜਾਂਦੀ ਹੈ ਇਸ ਤੋਂ ਵੀ ਵੱਧ ਸਾਰੀਆਂ ਰੇਖਾਵਾਂ ਭਾਵੇਂ ਹੱਥ ਬੰਦ ਕਰਨ ਨਾਲ ਬਣਦੀਆਂ ਜਾਂ ਫੈਲਾਉਣ ਨਾਲ ਹੱਥ ਉੱਪਰ ਮੋਤ ਪਿੱਛੇ ਵੀ ਰਹਿੰਦੀਆਂ ਜੇ ਰੇਖਾਵਾਂ ਅੰਗਾਂ ਦੇ ਲਗਾਤਾਰ ਮੋੜਨ ਤੇ ਫੈਲਾਉਣ ਨਾਲ ਨਹੀਂ ਬਣਦੀਆਂ ਤਾਂ ਰੇਖਾ ਜਾਂ ਰੇਖਾਵਾਂ ਦਾ ਅੰਤ ਇੱਕਦਮ ਹੋ ਜਾਣਾ ਚਾਹੀਦਾ ਪਰ ਜਿਆ ਨਹੀਂ ਹੁੰਦਾ ਆਮ ਕਰਕੇ ਰੇਖਾਵਾਂ ਲੰਬੀ ਪਤਲੀ ਪੂਛ ਦੀ ਤਰ੍ਹਾਂ ਖਤਮ ਹੁੰਦੀ ਹੈ ਕਿਉਂਕਿ ਅੰਤ ਵੱਲ ਮੋੜਨ ਦੀ ਫੈਲਾਉਣ ਦੀ ਤਾਕਤ ਘਟਦੀ ਜਾਂਦੀ ਹੈ ਇਸ ਕਰਕੇ ਰੇਖਾਵਾਂ ਸਰੀਰਕ ਕਿਰਿਆਵਾਂ ਦਾ ਨਤੀਜਾ ਹੈ ਨਾ ਕਿ ਦਿਮਾਗ ਦੀ ਮਾਨਸਿਕ ਕਿਰਿਆ ਦਾ ਹੱਥ ਦਿਮਾਗ ਦੇ ਨੇੜੇ ਦੇ ਸੇਵਕ ਦੇ ਤੌਰ ਤੇ ਸਦੀਆਂ ਦੀ ਸਖਤ ਖੋਜ ਪਿੱਛੇ ਹੱਥਰੇ ਕਮਾਰਾਂ ਨੇ ਸਿੱਟਾ ਕੱਢਿਆ ਕਿ ਹੱਥ ਸਰੀਰ ਦੀ ਸੇਵਕ ਹਨ ਇਸ ਲਈ ਜੋ ਕੁਝ ਵੀ ਸਰੀਰ ਤੇ ਅਸਰ ਕਰਦਾ ਉਹਨਾਂ ਉੱਤੇ ਵੀ ਅਸਰ ਪਾਉਂਦਾ ਹੈ ਅਜੇ ਤੋ ਖਾ ਭਰਪੂਰ ਬਿਆਨ ਕਿਸੇ ਅਣਜਾਣ ਵਿਅਕਤੀ ਨੂੰ ਆਸਾਨੀ ਨਾਲ ਹੀ ਸੱਚਾ ਲੱਗ ਸਕਦਾ ਹੈ ਆਓ ਇਹਨੂੰ ਪੜਤਾਲੀਏ ਵਿਸ਼ਲੇਸ਼ਣ ਨੂੰ ਸੌਖਿਆ ਬਣਾ ਲਈ ਅਸੀਂ ਸਾਰੇ ਸਰੀਰ ਦੇ ਅੰਗਾਂ ਨੂੰ ਦੋ ਭਾਗਾਂ 'ਚ ਵੰਡ ਲੈਂਦੇ ਹਾਂ ਸਰੀਰ ਦੇ ਉਹ ਹਿੱਸੇ ਜਿਹੜੇ ਜਿਉਂਦਾ ਰਹਿਣ ਲਈ ਜ਼ਰੂਰੀ ਹੈ ਜਿਵੇਂ ਦਿਲ ਦਿਮਾਗ ਫੇਫੜੇ ਮਿੱਦਾ ਦੂਸਰਾ ਉਹ ਹਿੱਸੇ ਜਿਨ੍ਹਾਂ ਦੇ ਬਿਨਾ ਜਿਹਾ ਜਾ ਸਕਦਾ ਜਿਵੇਂ ਅੱਖਾਂ ਹੱਥ ਪੈਰ ਲੱਤਾਂ ਬਾਹਾਂ ਤੇ ਵਾਲ ਸਰੀਰ ਦਾ ਹਰ ਇੱਕ ਅੰਗ ਸਰੀਰਕ ਪ੍ਰਣਾਲੀ ਦਾ ਸੇਵਕ ਹੈ ਕੁਝ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ ਜਦ ਕਿ ਕੁਝ ਘਟ ਵੱਖ-ਵੱਖਾਂਗ ਵੱਖੋ-ਵਕਰੇ ਰੋਲ ਅਦਾ ਕਰਦੀ ਹੈ ਹੱਥ ਰੇਖਾ ਮਹਰਾਂ ਦਾ ਦਾਵਾ ਵੀ ਸੱਚਾ ਨਹੀਂ ਹੈ ਕਿ ਹੱਥ ਦਿਮਾਗ ਦੇ ਨੇੜੇ ਦੇ ਸੇਵਾਦਾਰ ਹਨ ਕਿਉਂਕਿ ਅੱਖਾਂ ਨੱਕ ਮੂੰਹ ਜੀਭ ਤੇ ਕੰਨ ਅਸਲ 'ਚ فاਸਲੇ ਪੱਖੋਂ ਦਿਮਾਗ ਨੂੰ ਹੱਥਾਂ ਨਾਲੋਂ ਨੇੜੇ ਹਨ ਹੱਥ ਵੀ ਦਿਮਾਗ ਦੀ ਦਿੱਤੀ ਹਦਾਇਤ ਨਾਲ ਹੀ ਕੰਮ ਕਰਦੀ ਹੈ ਜੇ ਦਿਮਾਗ ਮੇਜ਼ ਉੱਤੇ 10 ਮੀਟਰ ਦੂਰ ਕਿਤਾਬ ਝੁੱਕਣ ਦੀ ਹਦਾਇਤ ਦਿੰਦਾ ਹੈ ਤਾ ਹੱਥ ਸਰੀਰ ਦੇ ਦੂਜੇ ਹਿੱਸੇ ਦੀ ਸਹਾਇਤਾ ਤੋਂ ਬਿਨਾਂ ਕਿਤਾਬ ਚੁੱਕਣ ਤੋਂ ਅਸਮਰਥ ਹਨ ਸਭ ਤੋਂ ਪਹਿਲਾਂ ਅੱਖਾਂ ਕਿਤਾਬ ਦੇਖਣਗੀਆਂ ਫਿਰ ਪੈਰ ਉੱਥੇ ਲੈ ਕੇ ਜਾਣਗੇ ਸਿਰਫ ਤਾਂ ਹੀ ਹੱਥ ਕਿਤਾਬ ਚੁੱਕਣ ਦੇ ਯੋਗ ਹੋਣਗੇ ਇਸ ਸਥਿਤੀ ਵਿੱਚ ਅੱਖਾਂ ਤੇ ਪੈਰ ਹੱਥਾਂ ਤੇ ਹੱਥਾਂ ਦੇ ਰੋਲ ਅਦਾ ਕਰਨ ਤੋਂ ਪਹਿਲਾਂ ਜ਼ਰੂਰੀ ਸੀ ਤੇ ਹੈਰਾਨੀ ਦੀ ਗੱਲ ਹੈ ਕਿ ਜੇ ਕਿਸਮਤ ਰੇਖਾਵਾਂ ਦੁਆਰਾ ਪੜੀਆਂ ਜਾ ਸਕਦੀਆਂ ਤਾਂ ਕਿ ਇਹ ਪੈਰਾਂ ਦੀਆਂ ਰੇਖਾਵਾਂ ਨਾਲ ਸੰਭਵ ਨਹੀਂ ਕੋਈ ਵੀ ਚੀਜ਼ ਜੋ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਉਹ ਕੱਲੇ ਹੱਥਾਂ ਨੂੰ ਹੀ ਨਹੀਂ ਬਾਕੀ ਦੇ ਅੰਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਹੱਥ ਰੇਖਾ ਮਾਹਿਰ ਜੇ ਅਸਰ ਤੋਂ ਕਿਵੇਂ ਜਾਣੂ ਹੁੰਦੇ ਜੇ ਇੱਕ ਵਿਅਕਤੀ ਕਿਸੇ ਹਾਦਸੇ 'ਚ ਆਪਣੇ ਹੱਥ ਪੈਰ ਕਟਵਾ ਲੈਂਦਾ ਹੈ ਹੱਥ ਰੇਖਾ ਮਾਹਿਰ ਉਹਦੀ ਜ਼ਿੰਦਗੀ ਦੇ ਮਸਲੇ ਕਿਵੇਂ ਪੜਨਗੇ ਹੱਥਾਂ ਤੋਂ ਬਿਨਾ ਵੀ ਸਫਲ ਤੇ ਚੰਗੀ ਕਿਸਮਤ ਮੰਨਣਾ ਸੰਭਵ ਹੈ ਜਦੋਂ ਹੱਥ ਰੇਖਾ ਮਾਹਿਰ ਜੇ ਵਿਅਕਤੀਆਂ ਦੀ ਕਿਸਮਤ ਪੜਨ ਦਾ ਯੋਗ ਨਹੀਂ ਪਰ ਅਜੇ ਵੀ ਵਿਅਕਤੀ ਆਪਣੀ ਕਿਸਮਤ ਆਪ ਹੀ ਜਾਣਦੇ ਹੈ ਕਿ ਉਹਨਾਂ ਨੇ ਆਪਣੇ ਭਵਿੱਖ ਦੇ ਸੁਪਨੇ ਕਿਵੇਂ ਪੂਰੇ ਕਰਨੇ ਹੈ ਮੈਂ ਕਈ ਵਾਰ ਹੱਥਾਂ ਤੋਂ ਅਪਾਹਜ ਲੋਕ ਆਪਣੇ ਮੂੰਹ ਜਾਂ ਪੈਰ ਨਾਲ ਸ਼ਾਨਦਾਰ ਤਸਵੀਰਾਂ ਤੇ ਦ੍ਰਿਸ਼ ਬਣਾਉਂਦੇ ਵੇਖੇ ਹੈ ਜਿਹੜੀਆਂ ਕਿ ਮੇਰੇ ਵਰਗੇ ਰਿਸਟ ਪੋਸਟ ਦੇ ਅੰਗ ਸੰਪੂਰਨ ਵਿਅਕਤੀ ਲਈ ਮੁਸ਼ਕਲ ਨਾਲ ਹੀ ਸੰਭਵ ਹਨ ਤਾਂ